ਬਿਕਰਮ ਸਿੰਘ ਮਜੀਠੀਆ ਨੇ ਹਾਲਾਂਕਿ ਸੂਬੇ ਦੀ ਕਾਨੂੰਨ ਵਿਵਸਥਾ ਉਤੇ ਵੀ ਸਵਾਲ ਚੁੱਕੇ ਨੇ ਬਿਕਰਮ ਸਿੰਘ ਮਜੀਠੀਆ ਨੇ ਆਖਿਆ ਹੈ ਕਿ ਰੋਜ਼ਾਨਾ ਹੀ ਇਹੋ ਜਿਹੀਆਂ ਘਟਨਾਵਾਂ ਲਗਾਤਾਰ ਵਾਪਰਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ ਕਾਨੂੰਨ ਵਿਵਸਥਾ ਦੀ ਪੋਲ ਖੋਲਦੀ ਹੋਈ ਸੂਬੇ ਦੇ ਵਿੱਚ ਨਜ਼ਰ ਆ ਰਹੀ ਹੈ ਤੇ ਗੈਂਗਸਟਰ ਸ਼ਰੀਆਮ ਲੋਕਾਂ ਤੋਂ ਫਿਰ ਆਪਿਆ ਮੰਗ ਰਹੇ ਨੇ ਬਿਕਰਮ ਸਿੰਘ ਮਜੀਠੀਆ ਦੇ ਵੱਲੋਂ ਕਿਹਾ ਗਿਆ ਕਿ ਗੋਲਡੀ ਬਰਾੜ ਬਾਰੇ ਸੀਐਮ ਦਾ ਦਾਵਾ ਝੂਠਾ ਨਿਕਲਿਆ ਹੈ ਓਲਡ ਪੈਨਸ਼ਨ ਸਕੀਮ ਦੇ ਵੀ ਮੁੱਦੇ ਤੇ ਬੋਲਦੇ ਹੋਏ ਨਜ਼ਰ ਆਏ ਤੇ ਸਰਕਾਰ ਦਾ ਨੋਟੀਫਿਕੇਸ਼ਨ ਫਰਜ਼ੀ ਲਿਖਿਆ ਇਹ ਉਹਨਾਂ ਦੇ ਵੱਲੋਂ ਆਖਿਆ ਗਿਆ। ਜਲੰਧਰ ਦੇ ਵਿੱਚ ਲੋਕਾਂ ਨੂੰ ਬੇਕਾਰ ਕਰਨ ਦੀ ਕਾਰਵਾਈ ਉੱਤੇ ਵੀ ਵਿਕਰਮ ਸਿੰਘ ਮਜੀਠੀਆ ਦੇ ਬੋਲ ਸੁਆ ਚੁਕੇ ਗਏ ਤੇ ਕਿਹਾ ਗਿਆ ਕਿ ਸਰਕਾਰ ਦਾ ਕੰਮ ਵਸਾਉਣਾ ਹੁੰਦਾ ਹੈ ਉਜਾੜਨਾ ਨਹੀਂ ਹੁੰਦਾ ਪਰ ਦੂਸਰੇ ਪਾਸੇ ਸੂਬਾ ਸਰਕਾਰ ਮੁੱਖ ਮੰਤਰੀ ਸੂਬੇ ਦੀ ਮੁੱਖ ਮੰਤਰੀ ਭਗਵੰਤ ਮਾਨ ਸਰਕਾਰ ਉਲਟਾ ਹੀ ਕਰਦੀ ਹੋਈ ਨਜ਼ਰ ਆ ਰਹੀ ਹੈ। ਉਹ ਇੱਕ ਵਾਰ ਇਹ ਨਹੀਂ ਨੇਕਾ ਵਾਰੀ ਕਿਹਾ ਤੁਸੀਂ ਵੀ ਆਪ ਦੀ ਜਾਨ ਮਾਲ ਦੀ ਰੱਖਿਆ ਕਰ ਲੋ ਜੋ ਹਾਲਾਤ ਬਣੇ ਪਏ ਲਾਅ ਐਂਡ ਆਰਡਰ ਦਾ ਟੋਟਲ ਕਾਲੈਪਸ অর ਫੇਲਿਅਰ ਹੈ ਔਰ ਇਹਦੇ ਲਈ ਭਗਵੰਤ ਮਾਨ ਹੀ ਜ਼ਿੰਮੇਵਾਰ ਹੈ ਹੋਰ ਕੋਈ ਜ਼ਿੰਮੇਵਾਰ ਨਹੀਂ ਜਾਂ ਜ਼ਿੰਮੇਵਾਰੀ ਭਗਵੰਤ ਮਾਨ ਦੀ ਹੈ ਤੇ ਜਾਂ ਜ਼ਿੰਮੇਵਾਰੀ ਕੇਜਰੀਵਾਲ ਸਾਹਿਬ ਦੀ ਹੈ ਜਿਨ੍ਹਾਂ ਨੇ ਇਹ じゃ ਮੁੱਖ ਮੰਤਰੀ ਪੰਜਾਬ ਨੂੰ ਦਿੱਤਾ ਜਿਨ੍ਹਾਂ ਨੇ ਸਵਾਏ ਬ੍ਰੇਕ ਡਾਂਸ ਤੋਂ ਜਾਂ ਗੁਜਰਾਤ ਨਚਾ ਲੋ ਜਾ ਕੇ ਜਾਂ ਹਿਮਾਚਲ ਨਚਾ ਲੋ ਉਤੋਂ ਸਵਾਏ ਕੁਛ ਨਹੀਂ ਕੀਤਾ ਦੇਖੋ 6 ਮਹੀਨੇ ਦੇ ਅੰਦਰ ਅੰਦਰ ਦੋ ਆਰਪੀਜੀ ਅਟੈਕ ਹੋ ਜਾਣੇ ਔਰ ਉਸ ਗੱਲ ਦੇ ਬਾਅਦ ਅਟੈਕ ਹੋ ਜਾਣੇ ਜਦੋਂ ਕਿਹਾ ਗਿਆ ਹੋਵੇ ਬਾਹਰ ਨੋਟਿਸ ਲਾਇਆ ਗਿਆ ਹੋਵੇ ਕਿ ਯੂ ਹੈਵ ਸੁਰੱਖਿਆ ਖਤਰੇ ਚ ਤੋਨੂੰ ਧਿਆਨ ਰੱਖਣਾ ਚਾਹੀਦਾ ਇੰਟੈਲੀਜੈਂਸ ਰਿਪੋਰਟ ਹੋਵੇ ਇੰਟੈਲੀਜੈਂਸ ਇਨਪੁਟ ਦੇ ਬਾਅਦ ਆਰਪੀਜੀ ਅਟੈਕ ਹੋ ਜੇ ਆਰਪੀਜੀ ਆਇਆ ਕਿੱਥੋਂ ਆਰਪੀਜੀ ਆ ਕਿੱਥੋਂ ਰੇ ਨੇ ਮਤਲਬ ਇੰਨੇ ਤਾਂ ਟੈਰਰਿਜ਼ਮ ਵੇਲੇ 80 ਤੇ 90 ਦੇ ਅਧਿਆਕੇ ਚ ਇੰਨੇ ਆਰਪੀਜੀ ਅਟੈਕ ਨਹੀਂ ਹੋ ਰਹੇ ਸੀ ਜਿੰਨੇ ਹੁਣ ਹੋਣ ਲੱਗ ਪਏ ਸੋ ਟੋਟਲ ਕੋਲਾਪਸ ਆਫ ਲਾਅ ਐਂਡ ਆਰਡਰ ਹੈ ਉਹ ਟਿਮੀ ਚਾਵਲਾ ਜਿਹੜਾ ਕੇਸ ਹੈ ਨਕੋਦਰ ਵਾਲਾ ਉਹਨੇ ਉਹਨੇ ਆਪ ਲਿਖ ਕੇ ਦਿੱਤਾ ਕਿ ਮੇਰੇ ਤੋਂ ਬਰੌਤੀ ਮੰਗ ਰਹੇ ਉਹ ਵੀ ਮਾਰਦਾ ਉਹਦਾ ਗਨਮੈਨ ਨੂੰ ਵੀ ਛੀਦ ਕਰਦਾ ਇਹ ਇਹ ਰੋਜ਼ ਦੇ ਮਸਲੇ ਨੇ ਮਤਲਬ ਮੈਂ ਜੇ ਪਿੱਛੇ ਚਲੇ ਜਾਵਾਂ ਆਰਮੀ ਆਪਣਾ ਪੁਲਿਸ ਹੈੱਡਕੁਆਰਟਰ ਤੇ ਆਰਪੀਜੀ ਅਟੈਕ ਸਿੱਧੂ ਮੂਸੇਵਾਲਾ ਪਟਿਆਲੇ ਦੇ ਜਿਹੜਾ ਕਾਲੀ ਦੇਵੀ ਮੰਦਿਰ ਦੇ ਦੋਵੇਂ ਸੰਪਰਦਾਵਾਂ 'ਚ ਵਿੱਚ ਲੜਾਈ ਕਰਾ ਦੇਣੀ ਝਗੜਾ ਹੋ ਜਾਣਾ ਟੋਟਲ ਕਲੈਪਸ ਆਫ ਇੰਟੈਲੀਜੈਂਸ ਜੇਲਾ 'ਚ ਮੋਬਾਈਲਾਂ ਦੀ ਰਿਕਵਰੀ ਜੇਲਾ 'ਚੋਂ ਸਾਰਾ ਕੰਮ ਚੱਲ ਰਿਹਾ ਹੁਣ ਵੀ ਇਹ ਕਿੱਥੇ ਗਏ ਜੇ ਨਾਲ ਚੋ ਲਿਆਉਂਦੇ ਨੇ ਮਤਲਬ ਫਿਰ ਜੇਲ੍ਹ ਮੰਤਰੀ ਕਿਵੇਂ ਬੈਠਿਆ ਆਪਦੀ ਕੁਰਸੀ ਤੇ ਜੋ ਇਹਨਾਂ ਦਾ ਸਤਿੰਦਰ ਜੈਨ ਉਸ ਜੇਲ੍ਹ ਚ ਕਰ ਰਿਹਾ ਤਿਹਾਰ ਜੇਲ੍ਹ ਚ ਉਹ ਕੰਮ ਇਹਨਾਂ ਦਾ ਨਿਕਾ ਨਿਆਣਾ ਇੱਥੇ ਕਰ ਰਿਹਾ ਸੋ ਇਸ ਲਈ ਸਾਰੇ ਲਈ ਅੱਜ ਜੋ ਪੰਜਾਬ ਦੇ ਹਾਲਾਤ ਬਣਿਆ ਫਰੋਤੀ ਦੇ ਕਿਲਿੰਗ ਦੇ ਡਰ ਦੇ ਇਹ ਮਾਹੌਲ ਚ ਨਾ ਇਨਵੈਸਟਮੈਂਟ ਆ ਰਹੀਆ ਨਾ ਲੋਕ ਮਹਿਫੂਜ਼ ਸਮਝ ਰਿਹਾ ਔਰ ਸਰਕਾਰ ਦੀ ਟੋਟਲ ਕੋਲਾਪਸ ਹੈ ਫੇਲੀਅਰ ਹੈ ਇਹਦੇ ਚ ਲੋਨ ਲੋਰਡੀ ਸ਼ੁੱਡ ਰਿਜ਼ਾਈਨ ਬਦਲਾਵ ਬੇੜਾ ਕਰਗ ਕੱਟਰ ਬੇਈਮਾਨਾ ਨੇ ਪੰਜਾਬ ਦੇ ਜੋ ਹਾਲਾਤ ਬਣਾਏ ਆ ਤੁਹਾਡੇ ਸਾਹਮਣੇ ਆ ਕੋਈ ਪੂੰਜੀ ਨਿਵੇਸ਼ਨੀ ਕੋਈ ਇਨਵੈਸਟਮੈਂਟ ਨਹੀਂ ਕੋਈ ਨੌਕਰੀ ਨਹੀਂ ਔਰ ਕੱਲਾ ਗੋਲੀ ਮੌਤਾਂ ਕਤਲ ਫਰੋਤੀ ਲਾਅ ਐਂਡ ਆਰਡਰ ਦਾ ਕਲਾਪਸ ਇਹ ਤੁਹਾਡੇ ਸਾਹਮਣੇ ਆ ਔਰ ਪੰਜਾਬ ਦੀ ਡੈਟ ਪਹਿਲਾਂ ਨਾਲੋਂ ਵੱਧ ਰਿਹਾ ਘੱਟ ਨਹੀਂ ਰਿਹਾ ਮਾੜੀ ਕਾਰਗੁਜ਼ਾਰੀ ਸਰਕਾਰ ਦੀ ਮੈਂ ਡੀਜੀਪੀ ਸਾਹਿਬ ਦਾ ਇੱਕ ਗੱਲ ਦਾ ਧੰਨਵਾਦ ਕਰਦਾ ਤੇ ਮੀਡੀਆ ਨੂੰ ਵਧਾਈ ਦਿਨਾ ਤੁਹਾਨੂੰ ਤੁਸੀਂ ਪਹਿਲੀ ਗੱਲ ਤਾਂ ਜਿੱਤ ਦਿਨ ਦਾ 골ਡੀ ਬਰਾੜ ਤੁਸੀਂ ਵੇਖੋ 골ਡੀ ਬਰਾੜ ਕੋਈ ਨਿਆਣਾ ਤਾਂ ਹੈ ਨਹੀਂ ਕਿ ਜਿਹੜਾ ਫੜਿਆ ਗਿਆ ਹੋਵੇ ਤੇ ਪੁਲਿਸ ਉਸ ਗੱਲ ਦੀ ਆਪ ਦੀ ਬੱਲੇ ਬੱਲੇ ਨਾ ਕਰਾਵੇ ਮਗਰ ਜਿੱਤ ਦਿਨ ਦਾ ਭਗਵੰਤ ਮਾਨ ਜੀ ਨੇ ਬਿਆਨ ਦਿੱਤਾ ਡੀਜੀਪੀ ਸਾਹਿਬ ਤਾਂ ਇਹ ਵੀ ਹੋਗੇ ਪੰਜਾਬ ਪੁਲਿਸ ਤਾਂ ਪਤਾ ਨਹੀਂ ਕੀ ਉਹਨਾਂ ਨੂੰ ਸੁੰਗ ਗਿਆ ਕਿ ਉਹ ਬੋਲ ਕੇ ਰਾਜ਼ੀ ਨਹੀਂ ਸੀ ਮਗਰ ਡੀਜੀਪੀ ਸਾਹਿਬ ਦਾ ਧੰਨਵਾਦ ਆ ਉਹਨਾਂ ਦੇ ਜਵਾਬ ਚ ਸਾਰਾ ਕੁਝ ਆ ਗਿਆ ਨੋ ਕਮੈਂਟਸ ਕਿਹਾ ਉਹਨਾਂ ਨੇ ਨਹੀਂ ਉਹਨਾਂ ਨੇ ਕਿਹਾ ਕਿ ਕੋਈ ਨਹੀਂ ਛੇਤੀ ਮੀਟ ਕਰੋ ਤਾਂ ਹਾਂ ਤੇ ਉਹਦਾ ਮਤਲਬ ਕੀ ਹੈ ਛੇਤੀ ਦੱਸ ਦਾਂਗੇ ਮਤਲਬ ਫੜਿਆ ਨਹੀਂ ਗਿਆ ਕਿਉਂਕਿ ਜੇ ਉਹ ਫੜਿਆ ਜਾਂਦਾ ਤੇ ਉੱਥੋਂ ਦੀ ਪੁਲਿਸ ਦੱਸ ਦਿੰਦੀ ਹੁਣ ਪਤਾ ਨਹੀਂ ਭਗਵੰਤ ਮਾਨ ਦੀ ਕਿਹਦੇ ਨਾਲ ਗੱਲ ਹੋ ਗਈ ਜੋ ਬਾਈਡਨ ਨਾਲ ਸਿੱਧੀ ਹੋ ਗਈ ਕਮਲਾ ਹੈਰਿਸ ਉੱਥੋਂ ਦੀ ਜਿਹੜੀ ਵਾਈਸ ਪ੍ਰੈਜ਼ੀਡੈਂਟ ਹੈ ਉਹਦੇ ਨਾਲ ਹੋ ਗਈ ਐਫਬੀਆਈ ਨਾਲ ਹੋ ਗਈ ਕਿਹਦੇ ਨਾਲ ਗੱਲ ਹੋ ਗਈ ਇਹ ਤਾਂ ਤਾਂ ਪਤਾ ਨਹੀਂ ਖਾਦੀ ਪੀਤੀ ਚ ਕਿਹਦੇ ਨਾਲ ਗੱਲ ਕਰ ਜਾਂਦਾ ਹੈ ਜੇ ਰਿੰਦਾ ਉੱਥੇ ਕਹਿੰਦੇ ਮਾਰਤਾ ਗਿਆ 1 ਮਿੰਟ ਚ ਸਾਰੇ ਚੈਨਲਾਂ ਨੇ ਚਲਾਤਾ ਤੇ ਉਹਦੀ ਤਸਦੀਕ ਕੀਤੀ ਇਸ ਲਈ 골ਡੀ ਬਰਾਡ ਦੇ ਦੇ ਮਸਲੇ ਚ ਡੀਜੀਪੀ ਸਾਹਿਬ ਨੇ ਇਹ ਗੱਲ ਕਹਿ ਕੇ ਕਿ ਤੁਹਾਨੂੰ ਦੱਸਾਂਗੇ ਸੀਐਮ ਦੀ ਪੋਲ ਖੋਲਤੀ ਆ ਭਗਵੰਤ ਮਾਨ ਦੀ ਕਿ ਨਹੀਂ ਫੜਿਆ ਗਿਆ ਇਹ ਤੋਂ ਸਪਸ਼ਟ ਹੋ ਗਿਆ ਕਿ ਕੌਣ ਔਰ ਡੀਜੀਪੀ ਸਾਹਿਬ ਦੀ ਗੱਲ ਦਾ ਫੇਰ ਭਰੋਸਾ ਹੋ ਸਕਦਾ ਕਿਉਂਕਿ ਉਹਨੂੰ ਭਗਵੰਤ ਮਾਨ ਜੀ ਵਾਲੇ ਸ਼ੌਕ ਨਹੀਂ ਆ ਗੁਜਰਾਤ ਸੂਬਾ ਜਿਹੜਾ ਡਰਾਈ ਸਟੇਟ ਆ ਉੱਥੇ ਵੀ ਜਾ ਕੇ ਪਤਾ ਨਹੀਂ ਖਾ ਪੀ ਲੈਂਦੇ ਆ ਜਰਮਨੀ ਚ ਖਾ ਪੀ ਲਿਆ ਫਿਰ ਕੀ ਅੰਟਛੰਟ ਬੋਲਦੇ ਹੋ ਤੁਹਾਡੇ ਸਾਹਮਣੇ ਆ ਗਵਰਨਮੈਂਟ ਆਫ ਇੰਡੀਆ ਦੇ ਮਨਿਸਟਰ ਸਾਹਿਬ ਦਾ ਇੱਕ ਗੱਲ ਦਾ ਦਾ ਧੰਨਵਾਦ ਕਰਦਾ ਕਿ ਲੋਕਾਂ ਅੱਗੇ ਸਚਾਈ ਰੱਖਦੇ ਭਾਵੇਂ ਮੁਲਾਜ਼ਮ ਜਥੇਬੰਦੀਆਂ ਆਪ ਵੀ ਇਹ ਕਹਿ ਰਹੀਆਂ ਸੀ ਕਿ 올ਡ ਪੈਨਸ਼ਨ ਸਕੀਮ ਜਦੋਂ ਪੰਜਾਬ ਦੀ ਕੈਬਨਿਟ 'ਚ ਇਹ ਫੈਸਲਾ ਹੋਇਆ ਇਹ ਕੱਲੀ ਲਿਪ ਸਰਵਿਸ ਹੈ ਔਰ ਉਹ ਲਿਪ ਸਰਵਿਸ ਇਸ ਗੱਲ ਤੋਂ ਸਪਸ਼ਟ ਹੋ ਗਈ ਕਿ ਤਿੰਨ ਰਾਜਾਂ ਨੇ ਤਾਂ ਸੂਬਿਆਂ ਨੇ 올ਡ ਪੈਨਸ਼ਨ ਸਕੀਮ ਦੀ ਬਹਾਲੀ ਵਾਸਤੇ ਗਵਰਨਮੈਂਟ ਆਫ ਇੰਡੀਆ ਨੂੰ ਫੰਡਸ ਰਿਲੀਜ਼ ਕਰਨ ਵਾਸਤੇ ਭੇਜਤਾ ਸੀਗਾ 25 ਦਿਨਾਂ 'ਚ ਭਗਵੰਤ ਮਾਨ ਨੇ ਇਹਦਾ ਲਾਹਾ ਗੁਜਰਾਤ ਤੇ ਹਿਮਾਚਲ ਦੀ ਇਲੈਕਸ਼ਨ ਚ ਕੱਲਾ ਲੈਣਾ ਚਾਹੁੰਦੇ ਇਸ ਗੱਲ ਤੋਂ ਸਿੱਧ ਹੋ ਗਿਆ ਕਿ ਇਹਨਾਂ ਨੇ ਤਾਂ ਲਿਖ ਕੇ ਵੀ ਨਹੀਂ ਭੇਜਿਆ ਸੋ ਇਹਨਾਂ ਦੀ ਕਾਰਗੁਜ਼ਾਰੀ ਆਪਦੇ ਮੁਲਾਜ਼ਮਾਂ ਪ੍ਰਤੀ ਉਥੋ ਸਪਸ਼ਟ ਹੋ ਗਈ ਨਾਲ ਹੀ ਮੈਂ ਕਹੂੰਗਾ ਕਿ ਸੂਬੇ ਭਾਵੇਂ ਪੰਜਾਬ ਸਰਕਾਰ ਦੀ ਮਨਸ਼ਾ ਮਾੜੀ ਆ ਮਗਰ ਜਿਹੜੇ-ਜਿਹੜੇ ਸੂਬੇ ਵੀ 올ਡ ਪੈਨਸ਼ਨ ਸਕੀਮ ਦੀ ਭਾਲੀ ਚਾਹੁੰਦੇ ਆ ਗਵਰਨਮੈਂਟ ਆਫ ਇੰਡੀਆ ਨੂੰ ਉਹਨਾਂ ਨਾਲ ਭਾਜਪਾ ਦੀ ਸਰਕਾਰ ਨੂੰ ਉਹਨਾਂ ਦੇ ਨਾਲ ਸਹਿਯੋਗ ਦੇਣਾ ਚਾਹੀਦਾ ਤੇ ਉਹਨਾਂ ਦੇ ਪੈਸੇ ਜਾਰੀ ਕਰਨੇ ਚਾਹੀਦੇ ਆ ਔਰ ਭਗਵੰਤ ਮਾਨ ਸਾਹਿਬ ਨੂੰ ਮਾफी ਮੰਗਣੀ ਚਾਹੀਦੀ ਐਮਪਲੋਈਜ਼ ਕੋਲ ਇਹ ਬਦਲਾਅ ਦਾ ਨਤੀਜਾ ਰੋਟੀ ਮੱਕਰਾ ਰੋਟੀ ਕੱਪੜਾ ਮਕਾਨ ਤੱਕ ਕੀ ਦੇਣਾ ਸੀ ਬੇਕਰਾਂ ਦੇ ਸਿਰ ਦੇ ਉੱਤੇ ਛੱਤ ਕੀ ਦੇਣੀ ਸੀ ਜਿਨ੍ਹਾਂ ਨੂੰ ਬੜਾ ਲੰਮਾ ਸਮਾਂ ਕੋ ਗਰੀਬ ਆਪ ਦਾ ਗੁਜ਼ਰ ਕਰ ਰਿਆ ਮਿਹਨਤ ਕਰ ਰਿਆ ਦਿਹਾੜੀ ਲਾ ਕੇ ਆਪ ਦਾ ਕੰਮ ਚਲਾ ਰਿਆ ਉਹਨੂੰ ਬੇਕਾਰ ਕਰਕੇ ਉਹਦੇ ਘਰ ਢਾ ਦੇਣੇ ਉਹਨੂੰ ਸੜਕ ਤੇ ਕਰ ਦੇਣਾ ਉਹਨਾਂ ਬੱਚਿਆਂ ਦੇ ਕੀ ਹਾਲਾਤ ਬਣੇ ਜਲੰਧਰ 'ਚ ਤੁਹਾਡੇ ਸਾਰਿਆਂ ਦੇ ਸਾਹਮਣੇ ਔਰ ਪਿਛਲੀ ਕਿਸੇ ਸਰਕਾਰ ਨੇ ਵੀ ਚਾਹੇ ਉਹ ਸ਼੍ਰੋਮਣੀ ਅਕਾਲੀ ਦਲ ਭਾਜਪਾ ਸੀ ਚਾਹੇ ਕਾਂਗਰਸ ਸੀ ਕਿਸੇ ਨੇ ਇਹ ਇਹ ਜੀ ਕਾਰਗੁਜ਼ਾਰੀ ਨਹੀਂ ਕੀਤੀ ਸਰਕਾਰਾਂ ਦਾ ਕੰਮ ਹੈ ਵੈਲਫੇਅਰ ਗਰੀਬਾਂ ਦੀ ਬਾਹ ਫੜਨੀ ਤੇ ਜੋ ਇਹ ਸਰਕਾਰ ਦੀ ਇਹ ਜਿਹੜੀ ਖਾਸ ਆਦਮੀ ਦੀ ਸਰਕਾਰ ਹੈ ਇਹਨਾਂ ਦੀ ਸਧਾਰਨ ਲੋਕਾਂ ਪ੍ਰਤੀ ਆਮ ਆਦਮੀ ਪ੍ਰਤੀ ਕੀ ਸੋਚ ਹੈ ਉਹ ਜਲੰਧਰ ਦੇ ਇਨਸੀਡੈਂਟ ਤੋਂ ਜਨ ਤੱਕ ਹੋ ਗਈ ਹੈ